ਜੀ ਸਤਿ ਸ਼੍ਰੀ ਅਕਾਲ, ਮੇਰਾ ਨਾਮ ਹੈ ਸਚਿਨ ਵਰਮਾ ਅਤੇ ਮੈਂ ਬਟਾਲੇ ਸ਼ਹਿਰ ਦਾ ਹੀ ਰਹਿਣ ਵਾਲਾ ਅਤੇ ਅੱਜ ਮੈਂ ਵੀਡੀਓ ਬਣਾਈ ਆ ਜੀ ਬਾਬਾ ਜੀ ਦੇ ਵਿਆਹ ਉੱਪਰ, ਮਤਲਬ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਵਿਆਹ ਮਾਤਾ ਸੁਲੱਖਣੀ ਜੀ ਨਾਲ ਈਅਰ 1487 ਮਤਲਬ ਕਿ 1487 ਵਿੱਚ ਹੋਇਆ ਸੀ। ਅਤੇ ਬਾਬਾ ਜੀ ਆਏ ਸੀ ਬਰਾਤ ਲੈ ਕੇ ਸੁਲਤਾਨਪੁਰ ਲੋਧੀ, ਜੋ ਕਿ ਜ਼ਿਲ੍ਹਾ ਕਪੂਰਥਲੇ ਵਿੱਚ ਹੈ। ਅਤੇ ਬਟਾਲੇ ਸ਼ਹਿਰ ਵਿੱਚ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਬੜਾ ਮਸ਼ਹੂਰ ਗੁਰਦੁਆਰਾ ਹੈਗਾ, ਗੁਰਦੁਆਰਾ ਸ਼੍ਰੀ ਕੰਨ ਸਾਹਿਬ। ਇਹ ਗੁਰਦੁਆਰੇ ਦੀ ਹਿਸਟਰੀ ਇਹ ਹੈ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਆਪਣੇ ਵਿਆਹ ਟਾਈਮ ਇੱਕ ਮਿੱਟੀ ਦੀ ਕੰਧ ਦੇ ਕੋਲ ਹੀ ਬੈਠੇ ਹੋਏ ਸੀ ਅਤੇ ਆਪਣੇ ਵਿਆਹ ਬਾਰੇ ਵਿਚਾਰ ਵਟਾਂਦਰਾ ਕਰਦੇ ਪਏ ਸੀ। ਅਤੇ ਇੱਕ ਬੁੱਢੀ ਨੇ ਕਿਹਾ ਕਿ ਇਹ ਕੰਧ ਬਹੁਤ ਕੱਚੀ ਹੋ ਚੁੱਕੀ ਹੈ, ਬੜੀ ਹਨੇਰੀ ਆ, ਬਾਰਿਸ਼ਾਂ ਕਾਰਨ ਇਹ ਕੰਧ ਕਾਫੀ ਕਮਜ਼ੋਰ ਹੋ ਚੁੱਕੀ ਹੈ, ਅਤੇ ਤੁਸੀਂ ਦੂਰ ਹੋ ਕੇ ਬੈਠੋ, ਇਹ ਕਦੇ ਵੀ ਡਿੱਗ ਸਕਦੀ ਹੈ। ਅਤੇ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਜਵਾਬ ਦਿੱਤਾ ਕਿ ਇਹ ਕੰਧ ਤਾਂ ਜੁਗਾ ਜੁਗਾਂਦਰਾ ਰਹੇਗੀ, ਇਹ ਨਹੀਂ ਡਿੱਗੇਗੀ। ਅਤੇ ਇਹ ਕੰਧ ਅੱਜ ਤੱਕ ਬਟਾਲੇ ਸ਼ਹਿਰ ਵਿੱਚ ਹੈਗੀ ਹੈ, ਅਤੇ ਜਿੱਥੇ ਹੈਗਾ ਮਸ਼ਹੂਰ ਗੁਰਦੁਆਰਾ ਬਣ ਗਿਆ, ਗੁਰਦੁਆਰਾ ਸ਼੍ਰੀ ਕੰਨ ਸਾਹਿਬ। ਅਤੇ ਇਹ ਹੈਗੀ ਜੀ ਗੁਰਦੁਆਰਾ ਸ਼੍ਰੀ ਕੰਨ ਸਾਹਿਬ ਦੀ ਹਿਸਟਰੀ। ਅਤੇ ਅੱਜ ਹੈਗਾ ਜੇ ਬਾਬਾ ਜੀ ਦਾ ਵਿਆਹ, ਅਤੇ ਅੱਜ ਮੈਂ ਵੀਡੀਓ ਬਣਾਈ ਹੈ ਬਾਬਾ ਜੀ ਦੇ ਵਿਆਹ ਉੱਪਰ। ਅਤੇ ਚਲੋ ਦੋਸਤੋ, ਅੱਗੇ ਹੁਣ ਵੀਡੀਓ ਵਿੱਚ ਵੇਖਦੇ ਹਾਂ ਗੁਰੂ ਨਾਨਕ ਦੇਵ ਜੀ ਦਾ ਵਿਆਹ, ਜੋ ਕਿ ਬਟਾਲੇ ਸ਼ਹਿਰ ਵਿੱਚ ਮਨਾਇਆ ਜਾਂਦਾ ਹੈ ਬੜੀ ਧੂਮਧਾਮ ਨਾਲ।
ਪਹਿਲਵਾਨ ਤੂੰ ਮਿਲੀ ਘੁੜਦੀ ਹਿਰਕ ਵਿੱਚ ਵੱਜੇ ਸਦਾ ਤੀਰ ਪੜ ਕੇ ਲੰਗਰ ਹਰ ਸਾਲ ਆਉਂਦੇ ਹਰ ਸਾਲ ਆਉਂਦੇ ਲੰਗਰ ਜੀ ਹਰ ਸਾਲ ਕਿੰਨੇ ਸਾਲ ਹੋ ਗਏ ਲਾਉਂਦੇ ਬਾਬਾ ਚੜ ਹੋ ਗਿਆ ਕਿੰਨੇ ਸਾਲ ਹੋ ਗਏ ਤੁਹਾਨੂੰ ਲੰਗਰ ਲਾਉਂਦੇ 25-30 ਸਾਲਾਂ ਤੋਂ ਲਾ ਰਹੇ ਬਾਬੇ ਦੇ ਵਿਆਹ ਰਹੇ ਤੁਸੀਂ ਲੰਗਰ ਲਾਉਂਦੇ ਸਿੰਪਲ ਸੇਵਾ ਵਧੀਆ ਹੈ ਕੀ ਨਾਮ ਹੈ ਇਹਦਾ ਗਰੁੱਪ ਦਾ ਗਰੁੱਪ ਨਹੀਂ ਹੈ ਜੀ ਪਿੰਡ ਸਰਸਪੁਰ ਤੋਂ ਜੀ ਪਿੰਡ ਸਰਸਪੁਰ ਠੀਕ ਹੈ ਕਿੱਥੇ ਕਰਕੇ ਘੁੰਬਲੀ ਦੇ ਕੋਲ ਇੰਨੀ ਦੂਰੋਂ ਆਏ ਹੋ 25 ਕਿਲੋਮੀਟਰ ਹੋਏਗਾ 25 ਕਿਲੋਮੀਟਰ ਬਟਾਲੇ ਤੋਂ ਧਰਤੀ ਦੀ ਨਾਂ ਦਾ ਧਰਤੀ ਅਗਲਾ ਸੀ ਉਹ ਜੋ ਅੰਦਰ ਜੰਮਿਆ ਤਾਂ ਪਟਵਾਰੀਆਂ ਦੀ ਚੜ੍ਹ ਗਿਆ ਨਾ ਨਾ ਇਹਨਾਂ ਦੇ ਨਾਲ ਨਾ 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 ਨਾ
Thank you.
ਮੱਠਾ ਕਿੰਨੇ ਦਾ ਜੀ? 60 ਰੁਪਏ ਦਾ। ਜਾ ਰਿਹਾ ਵਾ ਘਰ, ਹੋਰ ਵਧੀਆ ਮੇਲਾ ਲੱਗਾ ਬਾਬੇ ਦੇ ਵਿਆਹ ਦਾ। ਅੱਜ ਤੁਸੀਂ ਵੇਖਿਆ ਕਿ ਬਟਾਲੇ ਸ਼ਹਿਰ ਵਿੱਚ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਵਿਆਹ ਬੜੀ ਧੂਮਧਾਮ ਨਾਲ ਕਿਵੇਂ ਮਨਾਇਆ ਜਾਂਦਾ ਹੈ। ਅਤੇ ਦੋਸਤੋ, ਜੇ ਮੇਰੀ ਵੀਡੀਓ ਚੰਗੀ ਲੱਗੀ ਹੋਵੇ ਤਾਂ ਕਮੈਂਟ 'ਤੇ ਲਾਈਕ ਜ਼ਰੂਰ ਕਰਿਓ। ਅਤੇ ਮਿਲਦੇ ਆ ਹੁਣ ਅਗਲੀ ਵੀਡੀਓ ਵਿੱਚ। ਬਟਾਲਾ ਜ਼ਿੰਦਾਬਾਦ, ਬਾਏ।